ਇਹੀ ਲੱਛਣ ਹੈ ਸੁਹਾਗਵੰਤ ਔਰਤ ਦਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਆਪਣੀ ਲੜਕੀ ਦਾ ਵਿਆਹ ਕਰਨ ਲੱਗੇ ਬੀਬੀ ਵੀਰੋ ਜੀ ਦਾ। ਜਦੋਂ ਤੋਰਨ ਲੱਗੇ ਨਾ ਡੋਲੀ, ਅਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਗਲਵੱਕੜੀ ਦੇ ਵਿੱਚ ਆਪਣੀ ਬੇਟੀ ਨੂੰ ਲਿਆ, ਮਾਂ ਨੇ ਆਪਣੀ ਗਲਵੱਕੜੀ ਦੇ ਵਿੱਚ ਆਪਣੀ ਬੇਟੀ ਨੂੰ ਲਿਆ, ਅਤੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ, ਸੁਣ ਪੁੱਤਰੀ ਪ੍ਰਾਨਣ ਅਤੇ ਪਿਆਰੀ, ਪ੍ਰਭਾਤ ਉੱਠ ਕਰ ਮੱਜਨ ਕਰੀਓ, ਗੁਰਬਾਣੀ ਕੋ ਮੁੱਖ ਪਰ ਧਰੀਓ। ਸਿੱਖਿਆ ਦੇਣ ਲੱਗੇ ਗੁਰੂ ਹਰਗੋਬਿੰਦ ਮਹਾਰਾਜ, ਕਹਿੰਦੇ ਧੀਏ ਜਿਸ ਘਰ ਦੇ ਵਿੱਚ ਚੱਲੀ ਆ ਨਾ, ਯਾਦ ਰੱਖੀ ਅੱਜ ਤੋਂ ਬਾਅਦ ਤੇਰਾ ਘਰ ਉਹ ਹੈ, ਇਹ ਨਹੀਂ। ਅਤੇ ਆਪਣੇ ਘਰ ਦੀ ਗੱਲ ਆਪਣੇ ਘਰ 'ਚ ਰੱਖੀ, ਇਸ ਘਰ 'ਚ ਨਾ ਕਰੀ ਅਤੇ ਇਸ ਘਰ ਦੀ ਗੱਲ ਉੱਥੇ ਨਾ ਕਰੀ ਜੇ ਰਿਸ਼ਤਾ ਨਿਭਾਉਣਾ ਹੈ। ਬੜੀ ਵੱਡੀ ਸਿੱਖਿਆ ਗੁਰੂ ਹਰਗੋਬਿੰਦ ਮਹਾਰਾਜ ਨੇ ਦਿੱਤੀ, ਧੀਏ ਜਿਸ ਘਰ ਦੇ ਵਿੱਚ ਚੱਲੀ ਆ, ਜੇ ਉਹ ਰੋਟੀ ਭੋਏ ਜ਼ਮੀਨ 'ਤੇ ਬਹਿ ਕੇ ਖਾਂਦੇ ਨੇ ਤਾਂ ਭੋਏ ਜ਼ਮੀਨ 'ਤੇ ਬਹਿ ਕੇ ਖਾ ਲਵੀਂ, ਅਤੇ ਜੇ ਰੁੱਖੀ ਖਾਂਦੇ ਨੇ ਤਾਂ ਰੁੱਖੀ ਖਾ ਲਈ, ਤਾਨਾ ਨਾ ਕਦੇ ਮਾਰੀ ਕਿ ਮੇਰੇ ਘਰ ਦੇ ਵਿੱਚ ਹੈ ਬੜਾ ਕੁਝ ਸੀ, ਤੁਹਾਡੇ ਘਰ 'ਚ ਹੈ ਹੀ ਕੁਝ ਨਹੀਂ, ਇਹ ਕਦੇ ਉਲਾਮਾ ਨਾ ਮਾਰੀ। ਅਤੇ ਫਿਰ ਕਹਿੰਦੇ ਇੱਕ ਗੱਲ ਹੋਰ ਯਾਦ ਰੱਖੀ, ਕਹਿੰਦੇ ਜੀ ਦੱਸੋ, ਕਹਿੰਦੇ ਗੱਲ ਯਾਦ ਇਹ ਰੱਖੀ, ਸੁਣ ਪੁੱਤਰੀ ਪ੍ਰਾਨਣ ਅਤੇ ਪਿਆਰੀ, ਪ੍ਰਭਾਤ ਉੱਠ ਕਰ ਮੱਜਣ ਕਰੀਓ, ਗੁਰਬਾਣੀ ਕੋ ਮੁੱਖ ਪਰ ਧਰੀਓ। ਇਹ ਕੰਮ ਕਰੀ, ਸਵੇਰੇ ਤੜਕੇ ਉੱਠ ਕੇ ਵਾਹਿਗੁਰੂ ਦਾ ਚਿੰਤਨ ਕਰਿਆ ਕਰੀ, ਇਸ਼ਨਾਨ ਪਾਣ ਕਰਕੇ ਗੁਰਬਾਣੀ ਪੜ੍ਹਿਆ ਕਰੀ। ਜੇ ਤੂੰ ਗੁਰਬਾਣੀ ਪੜ੍ਹੇਗੀ, ਤੇਰੀ ਪੜ੍ਹੀ ਹੋਈ ਗੁਰਬਾਣੀ ਦਾ ਅਸਰ ਸਾਰੇ ਘਰ ਦੇ ਵਿੱਚ ਹੋਵੇਗਾ। ਹੋ ਸਕਦਾ ਜੇ ਉਹਨਾਂ ਦਾ ਜੀਵਨ ਕੁਝ ਹੋਰ ਹੋਵੇ, ਪਰ ਤੇਰੀ ਇੱਕ ਗੁਰਬਾਣੀ ਪੜ੍ਹਨ ਕਰਕੇ ਉਹਨਾਂ ਦਾ ਜੀਵਨ ਬਦਲ ਜਾਵੇ। ਗੁਰਜਨ ਕੀ ਇੱਜ਼ਤ ਬਹੁ ਕਰਨੀ, ਖੋਟੀ ਸੰਗਤ ਕਬੇ ਨਾ ਕਰਨੀ। ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਨੇ, ਮਾਤ ਜੀ ਕਹਿੰਦੇ ਨੇ ਆਪਣੀ ਲੜਕੀ ਬੀਬੀ ਵੀਰੋ ਨੂੰ, ਬੇਟਾ ਯਾਦ ਰੱਖੋ, ਗੁਰਜਨ ਕੀ ਇੱਜ਼ਤ ਬਹੁ ਕਰਨੀ। ਗੁਰਜਨ ਦਾ ਇੱਥੇ ਅਰਥ ਹੈ ਆਪਣੇ ਵੱਡ ਵਡੇਰਿਆਂ ਦੀ, ਸੱਸ ਸਹੁਰੇ ਦੀ, ਜਿਹੜੇ ਤੇਰੇ ਤੋਂ ਵੱਡੇ ਨੇ ਉਹਨਾਂ ਦੀ ਇੱਜ਼ਤ ਕਰਨੀ ਹੈ। ਗੁਰਜਨ ਕੀ ਇੱਜ਼ਤ ਬਹੁ ਕਰਨੀ, ਖੋਟੀ ਸੰਗਤ ਕਦੇ ਨਾ ਕਰਨੀ। ਯਾਦ ਰੱਖਿਓ, ਕਦੇ ਵੀ ਇਸ ਤਰ੍ਹਾਂ ਦੀ ਸੰਗਤ ਨਹੀਂ ਕਰਨੀ ਜਿਹੜੇ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਵਿਰੁੱਧ ਭੜਕਾਉਣ। ਇਹ ਗੁਰੂ ਹਰਗੋਬਿੰਦ ਮਹਾਰਾਜ ਬੀਬੀ ਵੀਰੋ ਨੂੰ ਸਿੱਖਿਆ ਦੇ ਕੇ ਤੋਰਦੇ ਪਏ ਨੇ। ਸੁਹਾਗਵੰਤ ਬਣਨ ਲੱਗੀ ਨਾ ਬੀਬੀ ਵੀਰੋ, ਸੁਹਾਗਣਾ ਵਾਲੀ ਸ਼੍ਰੇਣੀ ਦੇ ਵਿੱਚ ਸ਼ਾਮਿਲ ਹੋਣਾ ਬੀਬੀ ਵੀਰੋ ਜੀ ਨੇ, ਅਤੇ ਲੱਛਣ ਹੈ ਸੁਹਾਗਵੰਤ ਔਰਤ ਦੇ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਫਿਰ ਉਹਨਾਂ ਸ਼ਬਦਾਂ ਨੂੰ ਦੁਹਰਾਵਾਂ, ਜੇ ਖੋਟੀ ਸੰਗਤ ਨਹੀਂ ਕਰੇਗੀ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਯਾਦ ਰੱਖੀ, ਜੇ ਖੋਟੀ ਸੰਗਤ ਨਹੀਂ ਹੈ ਅਤੇ ਤੇਰੇ ਮੁੱਖ 'ਤੇ ਗੁਰਬਾਣੀ ਹੈ, ਅਤੇ ਤੇਰਾ ਕਦੇ ਵੇਸ ਮੈਲਾ ਨਹੀਂ ਹੋਵੇਗਾ, ਕਦੇ ਦਾਗ ਨਹੀਂ ਲੱਗੇਗਾ, ਪਾਕ ਪਵਿੱਤਰ ਹੋਵੇਗਾ, ਰਿਸ਼ਤਾ ਨਿਭੇਗਾ, ਸੁਭਾਅ ਰਲ ਗਿਆ ਪ੍ਰੇਮ ਬਣ ਜਾਵੇਗਾ। ਜਿੱਥੇ ਪ੍ਰੇਮ ਬਣ ਗਿਆ ਸੁਭਾਅ ਰਲ ਜਾਵੇਗਾ, ਜਿੱਥੇ ਸੁਭਾਅ ਰਲ ਗਿਆ ਉੱਥੇ ਰਿਸ਼ਤਾ ਤੋੜ ਨਿਭੇਗਾ, ਕਦੇ ਰਿਸ਼ਤੇ 'ਚ ਘਾਟ ਆਵੇਗੀ ਨਹੀਂ। ਉੱਥੇ ਰਿਸ਼ਤੇ ਟੁੱਟ ਜਾਂਦੇ ਨੇ ਜਿੱਥੇ ਸੁਭਾਅ ਨਾ ਰਲੇ, ਜਿੱਥੇ ਸੰਗਤ ਖੋਟੀ ਹੋ ਜਾਵੇ ਫਿਰ ਚੁੱਕਣਾ ਮਿਲਣੀ ਸ਼ੁਰੂ ਹੋ ਜਾਂਦੀ, ਉੱਥੇ ਫਿਰ ਦਾਗ ਲੱਗ ਜਾਂਦਾ ਹੈ, ਤਰੇੜਾਂ ਆ ਜਾਂਦੀਆਂ ਨੇ। ਗੁਰੂ ਹਰਗੋਬਿੰਦ ਮਹਾਰਾਜ ਦੀ ਸਿੱਖਿਆ ਬੜੀ ਵੱਡੀ, ਮੈਂ ਫਿਰ ਦੁਹਰਾ ਦਿੰਦਾ, ਸੁਣ ਪੁੱਤਰੀ ਪ੍ਰਾਨਣ ਅਤੇ ਪਿਆਰੀ, ਪ੍ਰਭਾਤ ਉੱਠ ਕਰ ਮੱਜਣ ਕਰੀਓ, ਗੁਰਬਾਣੀ ਕੋ ਮੁੱਖ ਪਰ ਧਰੀਓ। ਗੁਰਜਨ ਕੀ ਇੱਜ਼ਤ ਬਹੁ ਕਰਨੀ, ਖੋਟੀ ਸੰਗਤ ਕਬੇ ਨਾ ਕਰਨੀ। ਕਹਿੰਦੇ ਇਹ ਲੱਛਣ ਹੈ, ਕਦੇ ਖੋਟੀ ਸੰਗਤ ਨਾ ਕਰਿਓ। ਐਸੀ ਸਿੱਖਿਆ ਆਪਣੀ ਧੀਆਂ ਨੂੰ ਦੇ ਕੇ ਤੋਰਿਆ ਜ਼ਰੂਰ ਕਰੀਏ, ਜ਼ਰੂਰ ਤੋਰਿਆ ਕਰੀਏ। ਅਤੇ ਇੱਕ ਪਤੀ ਦੇ ਰੂਪ ਦੇ ਵਿੱਚ ਵੀ ਬੜੀ ਵੱਡੀ ਸਿੱਖਿਆ ਗੁਰੂ ਸਾਹਿਬ ਨੇ ਦਿੱਤੀ ਹੈ, ਕਿਆ ਗਲਾਇਓ ਪੂਛ ਪਰ ਵੇਲ ਨਾ ਜੋਹੇ ਕੰਤ ਤੂੰ। ਇਹ ਫੁੱਲਾਂ ਦੀ ਖਿੜੀ ਹੋਈ ਵਾੜ ਦੇ ਵਿੱਚ ਅਨੇਕਾਂ ਫੁੱਲ ਨੇ, ਯਾਦ ਰੱਖੀ ਐਵੇਂ ਕਿਸੇ ਫੁੱਲ ਨੂੰ ਕੋਈ ਨੁਕਸਾਨ ਨਾ ਪਹੁੰਚਾਈ।
ਅਤੇ ਗੁਰੂ ਸਾਹਿਬ ਕਹਿੰਦੇ ਜੇ ਇਹੋ ਜਿਹਾ ਜੀਵਨ ਹੋਵੇਗਾ ਫਿਰ ਸੁਹਾਗਵੰਤਾਂ ਵਾਲਾ ਜੀਵਨ ਹੈ। ਫਿਰ ਮੈਂ ਪੰਕਤੀਆਂ ਦੁਹਰਾ ਕੇ ਅੱਗੇ ਵਧਾਂ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚਮੁੱਖ ਉੱਜਲਾ ਖਸਮੇ ਮਾਹੇ ਸਮਾਏ, ਪੈ ਕੀਆਂ ਦੇਸ ਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋਹ ਧਰੇ ਪਿਆਰੋ। ਪ੍ਰੇਮ ਦਾ ਸ਼ਿੰਗਾਰ ਕਰ, ਪੈ ਅਦਬ ਦੀਆਂ ਸਲਾਈਆਂ ਦਾ ਸੁਰਮਾ ਆਪਣੇ ਨੇਤਰਾਂ ਦੇ ਵਿੱਚ ਪਾ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਹੁ ਧਰੇ ਪਿਆਰੋ। ਤੂੰ ਤਾਂ ਸੁਹਾਗਵੰਤ ਹੈ ਜੇ ਤੇਰਾ ਪਤੀ ਤੇਰੇ 'ਤੇ ਖੁਸ਼ ਹੈ। ਗੁਰਸਿੱਖ ਤਾਂ ਸੁਹਾਗਵੰਤਾਂ ਵਾਲਾ ਜੀਵਨ ਹੈ, ਉਹਦਾ ਪਹਿਨਿਆ ਹੋਇਆ ਪਹਿਰਾਵਾ ਤਾਂ ਕਬੂਲ ਹੈ ਜੇ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੋ ਗਿਆ। ਜੇ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਤਾਂ ਬਾਹਰੀ ਪਹਿਰਾਵੇ ਦਾ ਕੋਈ ਫਾਇਦਾ ਨਹੀਂ, ਕਿਉਂਕਿ ਧਰਮ ਦਾ ਸੰਬੰਧ ਅੰਤਰ ਆਤਮੇ ਨਾਲ ਹੈ, ਬਾਹਰੀ ਪਹਿਰਾਵੇ ਨਾਲ ਕੋਈ ਸੰਬੰਧ ਨਹੀਂ ਰੱਖਦਾ। ਇਹ ਫਿੱਕਾ ਪੈ ਜਾਂਦਾ ਬਾਹਰੀ ਪਹਿਰਾਵਾ। ਇਸ ਕਰਕੇ ਰੂਹਾਨੀਅਤ ਦੇ ਮੰਡਲ ਦੇ ਵਿੱਚ ਜੇਕਰ ਸੁਹਾਗਵੰਤ ਹੋਣਾ ਹੈ ਤਾਂ ਸ਼ਿੰਗਾਰ ਅੰਦਰੋਂ ਹੋਵੇ। ਜਿਸ ਦਿਨ ਅੰਦਰੋਂ ਸ਼ਿੰਗਾਰ ਹੋ ਗਿਆ ਫਿਰ ਬਾਹਰੀ ਪਹਿਰਾਵੇ ਨੂੰ ਵੀ ਕਦੇ ਦਾਗ ਨਹੀਂ ਲੱਗੇਗਾ, ਕਦੇ ਦਾਗ ਨਹੀਂ ਲੱਗੇਗਾ। ਦਾਗ ਉਦੋਂ ਲੱਗਦਾ ਜਦੋਂ ਅੰਦਰੋਂ ਸ਼ਿੰਗਾਰ ਨਹੀਂ ਹੁੰਦਾ, ਰਿਸ਼ਤਾ ਉਦੋਂ ਟੁੱਟ ਜਾਂਦਾ ਜਦੋਂ ਅੰਦਰੋਂ ਸ਼ਿੰਗਾਰ ਨਹੀਂ ਹੁੰਦਾ।